ਅੱਜ ਅਸੀਂ ਖੜੇ ਹਾਂ ਪਿੰਡ ਈਸੇਵਾਲ ਵਿੱਚ। ਈਸੇਵਾਲ ਪਿੰਡ ਪਰਮਵੀਰ ਚੱਕਰ ਵਿਜੇਤਾ ਨਿਰਮਲਜੀਤ ਸਿੰਘ ਸੇਖੋ ਦਾ ਪਿੰਡ ਹੈ, ਜੋ ਏਅਰਫੋਰਸ ਦੇ ਆਫਿਸਰ ਸੀ ਔਰ ਸ਼੍ਰੀਨਗਰ ਨੂੰ ਬਚਾਉਂਦੇ ਹੋਏ ਆਪਦੇ ਨੈੱਟ ਨਾਲ ਉਹਨਾਂ ਨੇ ਸਾਈਬਰ ਜੈੱਟਾਂ ਨੂੰ ਮਾਰ ਗਿਰਾਇਆ ਅਤੇ ਫਾਈਨਲੀ ਉਹਨਾਂ ਦਾ ਜਹਾਜ਼ ਵੀ ਕ੍ਰੈਸ਼ ਹੋ ਗਿਆ ਅਤੇ ਉਹ ਸ਼ਹੀਦ ਹੋ ਗਏ। ਇਹ ਪਿੰਡ ਇਸ ਲਈ ਵੀ ਚਰਚਾ 'ਚ ਆਇਆ ਜਦੋਂ 2014 ਵਿੱਚ ਨਵੀਂ ਗੌਰਮੈਂਟ ਬਣੀ ਅਤੇ ਮੋਦੀ ਜੀ ਨੇ ਕਿਹਾ ਕਿ ਹਰ ਸਾਲ ਇੱਕ ਗਾਂਵ ਨੂੰ ਇੱਕ ਪਿੰਡ ਨੂੰ ਗੋਦ ਲਏਗਾ, ਅਡੋਪਟ ਕਰੇਗਾ ਔਰ ਇਹ ਇੱਕ ਆਦਰਸ਼ ਗ੍ਰਾਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਹਦੇ ਵਿੱਚ ਐਮ ਪੀਜ਼ ਨੇ ਇੱਕ ਗਾਂਵ ਗੋਦ ਲੈਣਾ ਸੀ, ਉਸ ਤੋਂ ਬਾਅਦ ਉਸ ਦੀ ਡਿਵੈਲਪਮੈਂਟ ਕਰਕੇ ਜੋ ਕਮਿਊਨਿਟੀ ਪ੍ਰੋਜੈਕਟ ਨੇ ਹੋਰ ਫੰਡਿੰਗ ਦੇ ਥਰੂ ਸਾਰੇ ਦੀ ਮੋਨੀਟਰਿੰਗ ਵੀ ਕਰਨੀ ਸੀ, ਇੱਕ ਤੋਂ ਦੋ ਅਤੇ ਦੋ ਤੋਂ ਤਿੰਨ ਪਿੰਡਾਂ ਤੱਕ ਉਹਨਾਂ ਨੇ ਕਰਨੀ ਸੀ। ਪੰਜਾਬ ਵਿੱਚ 13 ਐਮ ਪੀ ਨੇ ਅਤੇ 7 ਰਾਜਯ ਸਭਾ ਦੇ ਐਮ ਪੀ ਨੇ, 20 ਪਿੰਡ ਇਸ ਤਰ੍ਹਾਂ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਅੰਦਰ ਸੰਸਦਾਂ ਨੇ ਅਡੋਪਟ ਕਰਕੇ ਡਿਵੈਲਪ ਕਰਨੇ ਸੀ ਅਤੇ ਹੁਣ ਅਸੀਂ ਦੇਖਦੇ ਹਾਂ ਵੀ ਕੀ ਇੱਥੇ ਡਿਵੈਲਪਮੈਂਟ ਹੋਈ। ਇੱਥੋਂ ਦੇ ਲੁਧਿਆਣੇ ਦੇ ਸੰਸਦ ਨੇ ਰਵਨੀਤ ਬਿੱਟੂ, ਬਹੁਤ ਹੀ ਘੱਟ ਇੱਥੇ ਦੇਖਿਆ ਵੀ ਉਹ ਕਦੇ ਆਏ ਨੇ, ਉਹ ਸ਼ਾਇਦ ਇਸ ਪਿੰਡ ਨੂੰ ਹੀ ਭੁੱਲ ਚੁੱਕੇ ਨੇ, ਇਲਾਕੇ ਨੂੰ ਤਾਂ ਭੁੱਲ ਹੀ ਗਏ ਨੇ, ਗੀਤਾ ਸੀ ਬਿਲਕੁਲ ਭੁੱਲ ਗਏ ਨੇ। ਇਹ ਪਿੰਡ ਇੱਥੋਂ ਸ਼ੁਰੂਆਤ ਹੁੰਦੀ ਹੈ, ਅੱਗੇ ਦੇਖਦੇ ਹਾਂ ਪਿੰਡ ਦੇ ਬਾਕੀ ਹਾਲਾਤ ਤੋਂ ਕਿਸ ਤਰ੍ਹਾਂ ਨੇ, ਤਾਂ ਕਿ ਜੋ ਸੰਸਦਾਂ ਦੀ ਜੋ ਕੀ ਕਾਰਗੁਜ਼ਾਰੀ ਹੈ ਉਸ 'ਤੇ ਤੁਹਾਨੂੰ ਪਤਾ ਲੱਗਦਾ ਰਹੇ ਔਰ ਕੀ ਉਹਨਾਂ ਨੇ ਵਾਕਈ ਪਿੰਡ 'ਚ ਕੁਛ ਕੀਤਾ, ਅਡੋਪਟ ਕੀਤਾ ਇੱਕ ਪਿੰਡ ਜੋ ਉਹਨਾਂ ਨੇ। 13,000 ਪਿੰਡ ਨੇ, ਜੇ 20 ਪਿੰਡ ਵੀ ਡਿਵੈਲਪ ਨਹੀਂ ਹੋਏ ਸੰਸਦਾਂ ਦੇ ਐਮ ਪੀਆਂ ਦੇ ਤਾਂ ਫਿਰ ਕੀ ਵਿਕਾਸ ਹੋਇਆ ਅਤੇ ਕਿੱਥੇ ਵਿਕਾਸ ਹੋਇਆ, ਆਓ ਅੱਗੇ ਦੇਖਦੇ ਹਾਂ। ਇਹ ਹੈ ਨਾਲੀਆਂ ਜੋ ਓਵਰਫਲੋ ਹੁੰਦੀਆਂ ਇੱਥੇ ਨਜ਼ਰ ਆ ਰਹੀਆਂ ਨੇ, ਦੋਨੇ ਪਾਸੇ ਸੜਕ ਦੇ ਜੋ ਸੀਵਰ ਹੈ ਓਵਰਫਲੋ ਹੋ ਰਿਹਾ ਔਰ ਓਪਨ ਡਰੇਨ ਨੇ ਹਜੇ ਤੱਕ ਇੱਥੇ। ਬੜੀ ਸ਼ਰਮਨਾਕ ਗੱਲ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਸਾਡੇ ਪਿੰਡਾਂ 'ਚ ਜੋ ਨਾਲੀਆਂ ਦੀ ਇਹ ਹਾਲਾਤ ਹੈ ਔਰ ਅਸੀਂ ਨਾਲੀਆਂ ਔਰ ਗਲੀਆਂ ਤੋਂ ਉੱਪਰ ਹਜੇ ਨਹੀਂ ਲੰਘ ਸਕੇ। ਕੋਈ ਕੰਮ ਐਡਾ ਵੱਡਾ ਜਿਹੜਾ ਦਿਸਦਾ ਹੋਵੇ ਪਿਛਲੇ 5 ਸਾਲਾਂ 'ਚ ਹੋਇਆ ਕਿ ਆਹ ਕੰਮ ਬਹੁਤ ਵੱਡਾ ਇੱਥੇ ਹੋਇਆ, ਆਪਾਂ ਨੂੰ ਇੰਨਾ ਪਤਾ ਨਹੀਂ ਕੰਮ ਦੇ। ਇਹ ਆਪਦੇ ਕੰਮ ਨਾਲ ਕੰਮ ਰੱਖਣ ਵਾਲੇ ਨੇ, ਮਿਹਨਤੀ ਨੌਜਵਾਨ ਨੇ, ਪਰ ਸ਼ਾਇਦ ਹੀ ਕੋਈ ਆਪਾਂ ਇਹ ਗਿਣਤੀ ਨਾਲ ਗਿਣਾ ਸਕਣ। ਬੜਾ ਖੂਬਸੂਰਤ ਗੇਟ ਹੈ ਦੇਖ ਰਹੇ ਹੋ ਤੁਸੀਂ ਔਰ ਅੰਦਰ ਆਂਗਨਵਾੜੀ ਸੈਂਟਰ ਹੈ, ਕੇਂਦਰ ਹੈ, ਹਾਲਾਤ ਕੋਈ ਬਹੁਤ ਵਧੀਆ ਨਹੀਂ। ਹਾਂ ਇਹ ਕਿਆ ਬਣਾ ਰਹੇ ਹੋ, ਤਨਖਾਹ ਮਿਲ ਜਾਤੀ ਹੈ, ਤਨਖਾਹ ਕੌਣ ਦਿੱਤਾ ਹੈ, ਦਿਹਾੜੀ ਕਰਕੇ ਰੋਟੀ ਖਾਤਾ ਹੈ ਔਰ ਯਹਾਂ ਕਾ ਰਹਿਤਾ ਕੌਣ ਹੈ, ਰਹਿਤਾ ਕੌਣ ਹੈ, ਸਭ ਚਲੇ ਗਏ, ਸਾਰੇ ਚਲੇ ਗਏ ਜੀ, ਇਹ ਬੰਦ ਪਏ ਨੇ ਸੈਂਟਰ ਅੱਗੇ ਦੇ ਹਾਲਾਤ। ਪਸ਼ੂ ਪਾਲਣ ਜੋ ਸਾਡੇ ਪੰਜਾਬ ਵਿੱਚ ਇੱਕ ਸਭ ਤੋਂ ਵਧੀਆ ਕਿੱਤਾ ਸੀ ਕਿਸਾਨਾਂ ਵਾਸਤੇ, ਉਹ ਤਕਰੀਬਨ ਬੰਦ ਹੋ ਚੁੱਕਿਆ, ਨਾ ਤਾਂ ਕੋਈ ਪਸ਼ੂ ਨਜ਼ਰ ਆਉਂਦਾ ਅਤੇ ਨਾ ਪਸ਼ੂ ਪਾਲਕ ਨਜ਼ਰ ਆਉਂਦਾ ਅਤੇ ਨਾ ਹੀ ਸਰਕਾਰ ਵੱਲੋਂ ਕੋਈ, ਹਾਂ ਅਤੇ ਕੋਈ ਇਸ ਪਾਸੇ ਧਿਆਨ ਹੈ। ਹੁਣ ਇੱਕ ਹੋਰ ਚੀਜ਼ ਹੈ, ਜੋ ਸੁਵਿਧਾ ਸੈਂਟਰ ਖੋਲ੍ਹੇ ਗਏ ਸੀ, ਸਬ ਸੈਂਟਰ ਈਸੇਵਾਲ, ਇੱਥੋਂ ਦੇ ਆਪਣੇ ਆਪ ਵਿੱਚ ਆਪ ਦੱਸ ਰਹੇ ਨੇ ਵੀ ਕੀ ਸਿਚੁਏਸ਼ਨ ਹੈ ਇੱਥੇ। ਸੁਵਿਧਾ ਸੈਂਟਰ ਇੰਨੇ ਪੈਸੇ ਨਾਲ ਬਣਾਏ, ਇੰਨੇ ਵਧੀਆ ਬਣਾਏ ਔਰ ਆਹ ਸੁਵਿਧਾ ਸੈਂਟਰ ਹੈ ਜੋ ਹਜ਼ਾਰਾਂ ਕਰੋੜਾਂ ਰੁਪਈਏ ਖਰਚ ਕੇ ਪੰਜਾਬ 'ਚ ਬਣੇ ਸੀ, ਅੱਜ ਇਹ ਖੰਡਰਾਂ ਵਿੱਚ ਔਰ ਖਾਸ ਕਰ ਉਹ ਪਿੰਡ ਜਿਹੜਾ ਸੰਸਦ ਨੇ ਗੋਦ ਲਿਆ ਸੀ, ਖੁਦ ਸੰਸਦ ਨੇ ਕਦੇ ਆ ਕੇ ਨਹੀਂ ਦੇਖਿਆ ਵੀ ਇੱਥੇ ਸੁਵਿਧਾ ਸੈਂਟਰਾਂ ਦਾ ਕੀ ਹਾਲ ਹੈ, ਸਫਾਈ ਦਾ ਕੀ ਹਾਲ ਹੈ।
ਖੁੱਲ੍ਹਣ ਦਾ ਸਮਾਂ ਜੋ ਹੈ ਲਿਖਿਆ ਸਭ ਲਿਖਿਆ ਕਿਸੇ ਨੇ ਬੋਰਡ ਵੀ ਦੁਬਾਰਾ ਪੇਂਟ ਪਾਉਣ ਦੀ ਇੱਥੇ ਕੋਸ਼ਿਸ਼ ਨਹੀਂ ਕੀਤੀ ਆਹ ਟਾਈਲਾਂ ਕੁਛ ਪਈਆਂ ਨੇ ਸ਼ਾਇਦ ਕੁਛ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕੰਮ ਵਿਚਾਲੇ ਹੀ ਛੱਡੇ ਨੇ ਅਧੂਰੇ ਨੇ ਥੋੜ੍ਹਾ ਜਿਹਾ ਫੁੱਟਪਾਥ ਬਣਿਆ ਅਤੇ ਔਰ ਉਸ ਤੋਂ ਬਾਅਦ ਇੱਥੇ ਕੋਈ ਖਾਸ ਕੰਮ ਨਹੀਂ ਹੋਇਆ ਉਹਨਾਂ ਦੇ ਐਮ ਪੀ ਨੇ ਰਵਨੀਤ ਬਿੱਟੂ ਜੀ ਉਹਨਾਂ ਨੇ ਇਹ ਪਿੰਡ ਗੋਦ ਲਿਆ ਸੀ ਗੋਦ ਲਿਆ ਸੀ ਫਿਰ ਪਿੰਡ 'ਚ ਕੋਈ ਪੰਜ ਕੰਮ ਕਰਾਓ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਪੰਜ ਸਾਲਾਂ 'ਚ ਇੱਕ ਵੀ ਕੰਮ ਕੰਮ ਕਦੇ ਲੰਘਦੇ ਕਰਦੇ ਦੇਖੇ ਤੁਸੀਂ ਹੋਰ ਨਾ ਕਦੇ ਨਹੀਂ ਦੇਖੇ ਇਹਨਾਂ ਦੇ ਘਰੇ ਆਉਂਦੇ ਆ ਕਿਸੇ ਦੇ ਘਰੇ ਆਉਣਾ ਤਾਂ ਆਪਦੇ ਪਰਸਨਲ ਰਿਲੇਸ਼ਨ ਹੋ ਸਕਦੇ ਆ ਇੱਥੇ ਵੀ ਕੁਛ ਵੀ ਦੇਖਿਆ ਪਿੰਡ 'ਚ ਕੋਈ ਕੰਮ ਕੀਤਾ ਹੋਇਆ ਜਿਹੜਾ ਪਿੰਡ ਜਿਸ ਦੇ ਨਾਲ ਕੰਮ ਇਹ ਹਾਂ ਇਹ ਹਾਲਾਤ ਨੇ ਵੀ ਜੋ ਕੰਮ ਨੇ ਉਹ ਨਹੀਂ ਹੋਏ ਨਾਲੀ ਜਿਹੜੀ ਨਾਲੀ ਦਾ ਜਦੋਂ ਮੀਂਹ ਪਾਣੀ ਮੀਂਹ ਪੈਂਦਾ ਵਾ ਮੀਂਹ ਕਰਕੇ ਇੰਨਾ ਕੁ ਜ਼ਿਆਦਾ ਚਿੱਕੜ ਹੋ ਜਾਂਦਾ ਬੰਦੇ ਨੂੰ ਲੰਘਣਾ ਔਖਾ ਹੁੰਦਾ ਜੀ ਸਾਰੇ ਪਾਸੇ ਦੋਵਾਂ ਸਾਈਡ ਪਾਣੀ ਖੜਦਾ ਵਾ ਨਾਲੀ ਵਿੱਚ ਦੀ ਪਾਣੀ ਬਹੁਤ ਘੱਟ ਜਾਂਦਾ ਜਾਣੀ ਕਿ ਘਰਾਂ 'ਚ ਬਾਹਲਾ ਪਾਣੀ ਜਾਂਦਾ ਜੀ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸਿੱਖੋ ਪਰਮਵੀਰ ਚੱਕਰ ਦੀ ਸਾਨੂੰ ਕੋਈ ਯਾਦਗਾਰ ਇਸ ਪਿੰਡ ਵਿੱਚ ਨਜ਼ਰ ਨਹੀਂ ਆਈ ਸਵਾਏ ਇਸ ਬੋਰਡ ਤੋਂ ਸਿਰਫ ਇੱਕ ਇਹੀ ਦੋ ਸ਼ਹੀਦਾਂ ਦੀ ਯਾਦ ਵਿੱਚ ਜੋ ਸ਼ਹੀਦ ਸਰੂਪ ਸਿੰਘ ਸਿੱਖੋ ਨੇ ਔਰ ਨਿਰਮਲਜੀਤ ਸਿੰਘ ਸਿੱਖੋ ਜਿਨ੍ਹਾਂ ਦਾ ਬੁੱਤ ਲੁਧਿਆਣੇ ਤਾਂ ਲੱਗਿਆ ਪਰ ਇਸ ਪਿੰਡ ਵਿੱਚ ਸਾਨੂੰ ਕੋਈ ਯਾਦਗਾਰ ਉਹਨਾਂ ਦੀ ਨਜ਼ਰ ਨਹੀਂ ਆਈ ਅਤੇ ਨਾ ਹੀ ਪਿਛਲੇ 5 ਸਾਲਾਂ 'ਚ ਅਡੋਪਟਡ ਵਿਲੇਜ ਹੋਣ ਕਰਕੇ ਕੋਈ ਵੀ ਉਹਨਾਂ ਦੀ ਯਾਦਗਾਰ 'ਚ ਇੱਥੇ ਕੁਛ ਵੀ ਕੀਤਾ ਗਿਆ ਅੱਜ ਬ੍ਰੈਂਚ ਨੇ ਇਹ ਵੀ ਨੌਜਵਾਨ ਸਭਾ ਵੱਲੋਂ ਹੀ ਆਪਦੀ ਐਫਰਟ ਕਰਕੇ ਲਗਵਾਏ ਗਏ ਨੇ ਅਤੇ ਬਹੁਤ ਪੁਰਾਣੇ ਮੀਂਹ ਪੱਥਰ ਨੇ ਕੋਈ ਮੀਂਹ ਪੱਥਰ ਵੀ ਕਿਸੇ ਕੰਮ ਦਾ ਰੱਖਿਆ ਹੋਇਆ ਪਿਛਲੇ 5 ਸਾਲਾਂ 'ਚੋਂ ਇੱਥੋਂ ਦੇ ਐਮ ਪੀ ਦੁਆਰਾ ਨਜ਼ਰ ਨਹੀਂ ਆਇਆ ਗਲੀਆਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਫਿਰ ਉਹੀ ਗੱਲ ਹੈ ਵੀ ਅਸੀਂ ਬੇਸਿਕ ਦੋਨੇ ਪਾਸੇ ਨਾਲੀਆਂ ਓਵਰਫਲੋ ਨੇ ਭਰੀਆਂ ਨੇ ਸਮੈਲ ਆ ਰਹੀ ਹੈ ਅਸੀਂ ਉੱਥੇ ਖੜ੍ਹੇ ਹਾਂ ਜਿੱਥੋਂ ਚੱਲੇ ਸੀ 70 ਸਾਲਾਂ 'ਚ ਅਸੀਂ ਪਿੰਡਾਂ ਦੀਆਂ ਗਲੀਆਂ ਸੀਵਰੇਜ ਦੇ ਕੰਮ ਵੀ ਜੋ ਨਹੀਂ ਕਰਵਾ ਪਾਏ ਜਦੋਂ ਕਿ ਅਸੀਂ ਇੱਕ ਇੱਕ ਗਾਓਂ ਜਿਹੜਾ ਪਿੰਡ ਸੀ ਉਹਨੂੰ ਗੋਦ ਲਿਆ ਸੀ ਪ੍ਰਧਾਨ ਮੰਤਰੀ ਯੋਜਨਾ ਤਾਂ ਵੀ ਉਸਦਾ ਕੋਈ ਹੱਲ ਅਸੀਂ ਨਹੀਂ ਕੱਢ ਪਾਏ ਇਹ ਹੈ ਸਰਕਾਰੀ ਸਕੂਲ ਹੈ ਇੱਥੇ ਦਾ ਸੀਨੀਅਰ ਸੈਕੰਡਰੀ ਸਕੂਲ ਸਕੂਲ ਕਾਫੀ ਪੁਰਾਣਾ ਹੈ ਪਰ ਇੱਥੇ ਵੀ ਜੇ ਅਸੀਂ ਦੇਖਿਆ ਝਾਤ ਮਾਰ ਕੇ ਦੇਖਿਆ ਵੀ ਜੋ ਵਾਰ ਨਾਲ ਜਾਂ ਕੋਈ ਰੀਸੈਂਟ ਕੰਮ ਹੋਏ ਨਾਲ ਕੋਈ ਵੀ ਚੀਜ਼ ਨਜ਼ਰ ਨਹੀਂ ਆਈ ਹੈ ਲੱਗਦਾ ਨਿਰਮਲਜੀਤ ਸਿੰਘ ਸਿੱਖ ਨੂੰ ਤਾਂ ਪਿੰਡ ਵਾਸੀਆਂ ਨੇ ਟੋਟਲੀ ਭੁਲਾ ਦਿੱਤਾ ਅਤੇ ਇਹ ਜੋ ਗਲੀਆਂ ਨੇ ਹਜੇ ਬਹੁਤ ਪੁਰਾਣੀਆਂ ਇੱਟਾਂ ਲੱਗੀਆਂ ਨੇ ਅੱਧੀਆਂ ਘਾਸ ਚੁੱਕੀਆਂ ਨੇ ਕਿਉਂਕਿ ਸਕੂਲ ਦਾ ਗੇਟ ਹੈ ਅਤੇ ਗਲੀ ਵੀ ਜੋ ਇਸ ਪਿੰਡ ਦੀ ਜੋ ਫਿਰਨੀ ਹੈ ਜੋ ਅੱਜ ਕੱਲ੍ਹ ਬਹੁਤ ਸਾਰੇ ਪਿੰਡਾਂ ਵਿੱਚ ਤਕਰੀਬਨ ਪੱਕੀ ਹੋ ਚੁੱਕੀ ਹੈ ਸੜਕ ਬਣ ਚੁੱਕੀ ਹੈ ਪਰ ਇੱਥੇ ਅਜੇ ਫਿਰਨੀ ਵੀ ਜੋ ਇੱਟਾਂ ਦੀ ਉਹ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਹੈ ਕੋਈ ਵੀ ਬੋਰਡ ਕਿਤੇ ਕੰਧ ਸਾਫ਼ ਪਈ ਹੈ ਕਿਤੇ ਵੀ ਨਿਰਮਲਜੀਤ ਸਿੰਘ ਸਿੱਖੋ ਤਾਂ ਕਿ ਬੱਚਿਆਂ ਨੂੰ ਜੋ ਸਿੱਖਿਆ ਮਿਲੇ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਸ਼ਹੀਦ ਸਾਡੇ ਪਿੰਡ ਦੇ ਨੇ ਅਤੇ ਉਹਨਾਂ ਨਾਲ ਸਾਡਾ ਕੀ ਨਾਤਾ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਦੇ ਬਾਰੇ ਅੰਦਰ ਵੀ ਜਾਣਕਾਰੀ ਦਿੱਤੀ ਜਾਂਦੀ ਹੋਣੀ ਇਹ ਹੈ ਪਿੰਡ ਦਾ ਕਮਿਊਨਿਟੀ ਸੈਂਟਰ ਜਿਸ ਤਰ੍ਹਾਂ ਦੇ ਹਾਲਾਤ ਦੂਰੋਂ ਹੀ ਨਜ਼ਰ ਆ ਰਹੇ ਨੇ ਇੱਥੇ ਕੋਈ ਕਮਿਊਨਿਟੀ ਹਾਂ ਇੱਕ ਕੁਛ ਨੌਜਵਾਨ ਖੇਡਦੇ ਹੋਣਗੇ ਬਾਕੀ ਦੇ ਕੁੱਪਣ 'ਤੇ ਤਾਂ ਘਾਹ ਉੱਗ ਚੁੱਕਿਆ ਔਰ ਕੋਈ ਸੰਸਦ ਫੰਡ ਤੋਂ ਕੋਈ ਕੁੱਪਣ 'ਤੇ ਇੱਥੇ ਲੱਗਿਆ ਲੱਗਦਾ ਨਹੀਂ ਕਿਉਂਕਿ ਇਹ ਵੀ ਬਹੁਤ ਪੁਰਾਣੇ ਨੇ ਔਰ ਘਾਹ ਉੱਗ ਚੁੱਕਿਆ ਇਹਨਾਂ ਦੇ ਕੋਈ ਸਾਫ਼ ਸਫਾਈ ਨਹੀਂ ਹੈ ਸਾਰੇ ਕੁੱਪਣ ਨੇ ਜਿਹੜੇ ਇਹਨਾਂ ਦਾ ਹੀ ਹਾਲ ਹੈ ਇੱਥੇ ਜੋ ਦੋ ਪ੍ਰੋਪਰ ਪੋਲ ਸੀ ਸ਼ਾਇਦ ਉਹ ਵੀ ਫੰਡਾਂ ਦੀ ਘਾਟ ਕਰਕੇ ਨਹੀਂ ਲੱਗੇ ਨੇ ਪਰ ਪਾਣੀ ਕਰਨ ਦੀ ਹੋਰ ਕੋਈ ਹੁਣ ਹਾਲਾਤ ਨੇ ਜੋ ਨਜ਼ਰ ਆ ਰਹੇ ਨੇ ਇਹ ਪੁਰਾਣੇ ਜੋ ਇੱਥੇ ਪੇੜ ਸੀ ਉਹਨਾਂ ਦੇ ਸਦਕਾ ਬਣਿਆ ਪਰ ਇੱਥੇ ਇੰਪਰੂਵਮੈਂਟ ਇਸ ਵੇਲੇ ਇਹ ਹੈ ਕਿ ਬਿਲਕੁਲ ਟੁੱਟ ਪੱਟ ਚੁੱਕੀ ਹੈ ਪਾਈਪ ਕਿਸੇ ਵੇਲੇ ਸ਼ਾਇਦ ਪਾਉਣ ਦਾ ਕੰਮ ਹੋਇਆ ਹੋਏਗਾ ਲਾਈਟਾਂ ਦਾ ਨਹੀਂ ਚੜ੍ਹ ਸਕਿਆ ਅੰਦਰ ਵੀ ਸ਼ਾਇਦ ਕਿਸੇ ਟਾਈਮ ਕੋਈ ਕੁੱਪਣ ਹੋਣ
ਪਰ ਹੁਣ ਇਸ ਵੇਲੇ ਨਹੀਂ ਹੈ ਔਰ ਬੱਚੇ ਬਿਲਕੁਲ ਹੀ ਬੰਦ ਪਏ ਹਨ। ਸਾਫ਼ ਸਫਾਈ ਵੱਲੋਂ ਬਿਲਕੁਲ ਹੀ ਖਤਮ ਹੈ ਔਰ ਇਹ ਇੱਕ ਬੜਾ ਮਾਡਲ ਕਿਉਂਕਿ ਪਰਬ ਵੀ ਘੱਟ ਹੁੰਦੇ ਨੇ ਆਉਣ ਵਾਲੀ ਗੱਲ ਹੁਣ ਪਰ ਵਿਜੇਤਾ ਜੀ ਇੱਥੇ ਤੁਸੀਂ ਕਦੇ ਕਿਸੇ ਨੂੰ ਕੋਈ ਐਕਸਰਸਾਈਜ਼ ਤਾਂ ਵੈਸੇ ਲੱਗਦਾ ਵੀ ਸ਼ਾਇਦ ਕਰਨ ਲਾਇਕ ਵੀ ਨਹੀਂ ਰਹੇ ਉਹਨੇ ਭਾਰ ਨਾ ਹੋ ਗਿਆ ਕਿਸੇ ਨੇ ਕੋਈ ਦੇਖਿਆ ਕਦੇ ਕੋਈ ਆਉਂਦਾ ਹੀ ਨਹੀਂ ਹੈਗਾ ਇੱਥੇ ਬਿਲਕੁਲ ਵੀ ਦੇਖ ਰਹੇ ਹੋ ਕੰਡੀਸ਼ਨ ਕੀ ਆ ਯਾਨੀ ਨੌਜਵਾਨਾਂ 'ਚ ਵੀ ਕੋਈ ਇੱਥੇ ਉਤਸ਼ਾਹ ਨਹੀਂ ਹੈ ਅਤੇ ਨਾ ਹੀ ਇੱਥੇ ਦੀ ਕੋਈ ਮੇਨਟੇਨੈਂਸ ਹੈ ਘਾਹ ਇਹਦੇ ਥੱਲੇ ਤੱਕ ਉੱਗ ਚੁੱਕਿਆ ਜੇ ਇਹਨੂੰ ਆਪਾਂ ਦੇਖੀਏ ਵੀ ਜੇ ਇਹਨੂੰ ਚਲਾਇਆ ਹੁੰਦਾ ਪਿਆ ਹਾਂ ਜਗਾਲ ਲੱਗਿਆ ਪਿਆ ਕਿ ਸ਼ੁਕਰ ਹੈ ਇਹ ਹਜੇ ਕੋਈ ਕਬਾੜੀ ਇਹਨਾਂ ਨੂੰ ਖੋਲ੍ਹ ਕੇ ਨਹੀਂ ਲੈ ਗਿਆ ਸ਼ਾਇਦ ਆਉਣ ਵਾਲੇ ਸਮੇਂ 'ਚ ਇਹ ਵੀ ਨਾ ਰਹਿਣ ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਹਾਲਾਤ ਹੈ ਹਾਂ ਇਹ ਦੱਸਦੇ ਨੇ ਵੀ 6 ਮਹੀਨੇ ਪਹਿਲੇ ਇੱਥੇ ਨਸ਼ਿਆਂ ਨਾਲ ਵੀ ਇੱਕ ਮੌਤ ਹੋਈ ਹੈ 35 ਸਾਲ ਦਾ ਨੌਜਵਾਨ ਜੋ ਹੈ ਨਸ਼ਿਆਂ ਦੀ ਭੇਂਟ ਚੜ ਗਿਆ ਉਸ ਦੇ ਬਾਵਜੂਦ ਵੀ ਜੋ ਨਸ਼ਿਆਂ ਦੀ ਅਤੇ ਜਾਗਰੂਕਤਾ ਹੈ ਉੱਥੇ ਹੀ ਹੈ ਕੋਈ ਐਫਰਟ ਨਹੀਂ ਹੈ ਸਰਕਾਰ ਵੱਲੋਂ ਨਹੀਂ ਜੀ ਹਜੇ ਤਾਂ ਕੋਈ ਨਹੀਂ ਕਰਵਾਇਆ ਇੱਧਰਲੀ ਸਾਈਡ ਪਵਾਏ ਆ ਔਰ ਸੀਵਰੇਜ ਇੱਧਰ ਹਜੇ ਰਹਿੰਦੇ ਹੈ ਇਹ ਸਾਡਾ ਪਿੰਡ ਜੀ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਕਰਕੇ ਇਹਨਾਂ ਨੇ ਰਵਨੀਤ ਬਿੱਟੂ ਜੀ ਨੇ ਗੁੱਦ ਲਿਆ ਸੀਗਾ ਵੀ ਅਸੀਂ ਪਿੰਡ ਦਾ ਅਸੀਂ ਵੱਧ ਤੋਂ ਵੱਧ ਵਿਕਾਸ ਕਰਾਂਗੇ ਪਰ ਸਾਨੂੰ ਨਹੀਂ ਲੱਗਿਆ ਵੀ ਉਹਨਾਂ ਨੇ ਸਾਡੇ ਨਰਮਜੀਤ ਸਿੰਘ ਸੇਖੋਂ ਕਰਕੇ ਵੀ ਪਿੰਡ ਦਾ ਕੁਛ ਵਿਕਾਸ ਕੀਤਾ ਸਾਨੂੰ ਤਾਂ ਇਉਂ ਜਿਹਾ ਲੱਗਾ ਵੀ ਜਿਵੇਂ ਲੱਗਦਾ ਸਾਡੇ ਨਰਮਜੀਤ ਸਿੰਘ ਸੇਖੋਂ ਦਾ ਨੌਂ ਉੱਦਾਂ ਹੀ ਬਸ ਅਲਾਈਨਮੈਂਟ ਜਿਹੇ ਦੇ ਤੌਰ 'ਤੇ ਲੈ ਲਿਆ ਅਤੇ ਪਿੰਡ ਨੂੰ ਗੋਦ ਲੈ ਲਿਆ ਕੋਈ ਵਿਕਾਸ ਨਹੀਂ ਕੁਛ ਨਹੀਂ ਲੈਣਾ ਦੇਣਾ ਕੁਛ ਨਹੀਂ ਹੈ ਇਹ ਸੀਵਰੇਜ ਦਾ ਹਾਲ ਹੈ ਤੁਸੀਂ ਦੇਖ ਰਹੇ ਹੋ ਥੱਲੇ ਜੋ ਹਾਲਾਤ ਹੈ ਓਵਰਫਲੋ ਹੋ ਗਿਆ ਹੁਣੀ ਕਿਤੇ ਸਫਾਈ ਕੀਤੀ ਗਈ ਹੈ ਇਹ ਕਿੰਨੀ ਦੁਖਦਾਈ ਗੱਲ ਹੈ ਔਰ ਕਿੰਨੀ ਸ਼ਰਮ ਦੀ ਗੱਲ ਹੈ ਐਜ਼ ਏ ਨੇਸ਼ਨ ਸਾਡੇ ਲਈ ਵੀ ਅਸੀਂ 70 ਸਾਲਾਂ 'ਚ ਇਹ ਨਾਲੀਆਂ ਦੀ ਸਫਾਈ ਜਾਂ ਇਹਨਾਂ ਦਾ ਕੋਈ ਹੱਲ ਜਾਂ ਅੰਡਰਗਰਾਊਂਡ ਸੀਵਰੇਜ ਜਾਂ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਲੈ ਕੇ ਆਏ ਕਮਿਊਨਿਟੀ ਦੇ ਬੇਸ 'ਤੇ ਜਿਸ ਦੇ ਨਾਲ ਪਿੰਡਾਂ 'ਚ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਹੋਵੇ ਔਰ ਇਸ ਪਿੰਡਾਂ 'ਚ ਨਾ ਹੋਵੇ ਲਗਾਤਾਰ ਤੁਸੀਂ ਦੇਖ ਰਹੇ ਸਾਰੀ ਨਾਲੀ ਕਿਤੇ ਚੁੱਕ ਹੋਈ ਹੈ ਔਰ ਬੜੇ ਦਿਨਾਂ ਤੋਂ ਬਾਅਦ ਇੱਥੇ ਕਿਤੇ ਦੀ ਸਫਾਈ ਹੋਈ ਹੈ ਔਰ ਇਹਦੇ ਵਿੱਚ ਸਾਰੀਆਂ ਬੋਤਲਾਂ ਜੋ ਗੰਦ ਮੰਦ ਹੈ ਸਭ ਨਿਕਲਿਆ ਕਿਉਂਕਿ ਇਹਦਾ ਅੱਗੇ ਕਿਤੇ ਡਿਸਪੋਜ਼ਲ ਹੈ ਹੀ ਨਹੀਂ ਜੇ ਇਸਦਾ ਡਿਸਪੋਜ਼ਲ ਹੁੰਦਾ ਓਪਨ ਡਰੇਨਸ ਨੇ ਔਰ ਉਹਨਾਂ 'ਚ ਮਿੱਟੀ ਵੀ ਜਾਏਗੀ ਬਾਕੀ ਕਚਰਾ ਵੀ ਜਾਏਗਾ ਔਰ ਉਸਦੇ ਨਾਲ ਇਹ ਸਾਰੀਆਂ ਬਲੌਕ ਹੋਣਗੀਆਂ ਔਰ ਇਸ ਤਰ੍ਹਾਂ ਦੇ ਹਾਲਾਤ ਜਾਰੀ ਰਹਿਣ ਇਹ ਪਿੰਡ ਨਿਰਮਲਜੀਤ ਸਿੰਘ ਸੇਖੋਂ ਦਾ ਫਲਾਇੰਗ ਆਫਿਸਰ ਜੋ 71 ਦੀ ਜੰਗ ਵਿੱਚ ਸ਼ਹੀਦ ਹੋ ਗਏ ਸੀ ਪਰਮਵੀਰ ਚੱਕਰ ਵਿਜੇਤਾ ਨੇ ਉਹ ਅਤੇ ਆਓ ਹੁਣ ਪਿੰਡ ਵਾਸੀਆਂ ਤੋਂ ਜਾਣਦੇ ਹਾਂ ਕਿ ਇੱਥੇ ਪਿੰਡ ਵਿੱਚ ਉਹਨਾਂ ਬਾਰੇ ਕਿੰਨੀ ਕੁ ਜਾਣਕਾਰੀ ਹੈ ਜਾਂ ਸਕੂਲਾਂ ਵਿੱਚ ਜਾਂ ਹੋਰ ਉਹਨਾਂ ਬਾਰੇ ਕਿੰਨੀ ਕੁ ਜਾਣਕਾਰੀ ਦਿੱਤੀ ਜਾਂਦੀ ਹੈ ਹਾਂਜੀ ਕੁਛ ਕੋਈ ਦੱਸਿਆ ਜਾਂਦਾ ਬੱਚਿਆਂ ਬੱਚਿਆਂ ਨੂੰ ਉਹਨਾਂ ਬਾਰੇ ਜਾਂ ਉਹ ਕਰੀ ਜਾਂਦੇ ਆ ਜੀ ਕੁਛ ਨਾ ਕੁਛ ਕਰੀ ਜਾਂਦੇ ਆ ਕੀ ਕਰਦੇ ਸਾਈਕਲਾਂ ਬਾਰੇ ਵੀ ਕੋਈ ਦਿੱਤੇ ਆ ਪੈਸੇ ਕੁਛ ਹੋਰ ਅੱਛਾ ਅਤੇ ਸਾਈਕਲਾਂ ਬਾਰੇ ਤਾਂ ਉਹਨਾਂ ਨੇ ਐਮਪੀ ਦੇ ਦਿੱਤੇ ਹੋਣੇ ਨਾ ਜੋ ਕੁਛ ਵੀ ਇੱਥੇ ਕਹਿੰਦੇ ਸੀ ਵੀ ਇਹ ਪਿੰਡ ਜਿਹੜਾ ਹੈ ਉਹਨਾਂ ਨੇ ਗੋਦ ਲੈ ਲਿਆ ਪਰ ਐਡਾ ਕੋਈ ਕੰਮ ਤਾਂ ਕਰਿਆ ਨਹੀਂ ਉਹਨਾਂ ਨੇ ਗੋਦ ਤਾਂ ਲਿਆ ਉਹ ਪਿੰਡ ਵਾਲਿਆਂ ਨੇ ਕੰਮ ਨਹੀਂ ਉਹਨਾਂ ਨੇ ਕਰਿਆ ਅੱਛਾ ਕੰਮ ਨਹੀਂ ਕਰਿਆ ਜਿੱਥੇ ਹੋਣੀ ਚਾਹੀਦੀ ਹੈ ਵੀ ਇੰਨਾ ਪੈਸਾ ਇੰਨਾ ਟੈਕਸ ਸਰਕਾਰਾਂ ਦਿੰਦੀਆਂ ਨੇ ਅਤੇ ਪੈਸਾ ਵੀ ਆਉਂਦਾ ਇਹ ਨਹੀਂ ਵੀ ਪੈਸਾ ਵੀ ਆਉਂਦਾ ਪਰ ਉਹ ਅੱਗੇ ਗਰਾਊਂਡ 'ਤੇ ਲੱਗਿਆ ਕਿਤੇ ਗਰਾਊਂਡ 'ਤੇ ਇਹ ਵੀ ਕਹਿ ਰਹੇ ਨੇ ਵੀ ਗਰਾਊਂਡ 'ਤੇ ਲੱਗਿਆ ਨਹੀਂ ਦਿਖਦਾ ਬੇਸ਼ੱਕ ਵੱਡੀਆਂ ਵੱਡੀਆਂ ਲਾਂਚ ਕੀਤੀਆਂ ਜਾਂਦੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਗ੍ਰਾਮ ਯੋਜਨਾ 'ਚ ਹਰ ਸੰਸਦ ਮੈਂਬਰ ਜਿਹੜਾ ਐਮ ਪੀ ਹੈ ਪੰਜਾਬ ਦੇ 13 ਪਲੱਸ 7 ਰਾਜ ਸਭਾ ਦੇ ਸੀ 20 ਐਮ ਪੀ ਜੇ 20 ਪਿੰਡਾਂ ਦਾ ਵੀ ਇੱਕ ਇੱਕ ਐਮ ਪੀ ਸੁਧਾਰ ਕਰਦਾ ਤਾਂ ਸ਼ਾਇਦ 5 ਸਾਲਾਂ 'ਚ ਇੱਕ ਪਿੰਡ ਦੀ ਤੇ ਨੁਹਾਰ ਜ਼ਰੂਰ ਬਦਲਦੀ ਪਰ 5 ਸਾਲ ਪੂਰੇ ਹੋ ਗਏ ਔਰ ਉੱਥੇ ਦੀ ਉੱਥੇ ਹੋਏਗੀ ਇਸ ਦੇ ਨਾਲ ਹੀ ਤੁਹਾਨੂੰ ਇਸ ਪਿੰਡ ਦੀ ਖਾਸ ਮਹੱਤਤਾ ਹੈ ਅਸੀਂ ਇਸ ਪਿੰਡ 'ਚ ਆਏ ਸੀ ਕਿ ਇਹ ਪਰਮਵੀਰ ਚੱਕਰ ਆ ਵਿਜੇਤਾ ਦਾ ਪਿੰਡ ਹੈ ਬੜੇ ਮਾਣ ਵਾਲੀ ਗੱਲ ਹੈ ਕਿ ਜੋ ਸ਼੍ਰੀਨਗਰ ਨੂੰ ਬਚਾਉਣ ਵਾਲਾ ਨਿਰਮਲਜੀਤ ਸਿੰਘ ਸੇਖੋਂ
ਜਿਸ ਨੂੰ ਮੰਨਿਆ ਜਾਂਦਾ ਕਿ ਸ਼੍ਰੀਨਗਰ ਨੂੰ ਉਸਨੇ ਬਚਾਇਆ ਪਾਕਿਸਤਾਨ ਦੇ ਜਹਾਜ਼ਾਂ ਤੋਂ, ਅੱਜ ਉਸ ਦੇ ਪਿੰਡ ਵਿੱਚ ਕੋਈ ਵੀ ਉਸ ਦੀ ਵੱਡੀ ਯਾਦਗਾਰ ਜਾਂ ਵੱਡਾ ਸਥਲ ਜਾਂ ਸਕੂਲ 'ਚ ਕੋਈ ਲੈਸਨ ਜਾਂ ਹੋਰ ਬਾਹਰ ਪੋਸਟਰ ਕਿਤੇ ਵੀ ਪਿੰਡ 'ਚ ਸਿਵਾਏ ਇੱਕ ਦੋ ਫੋਟੋਆਂ ਲੱਗੀਆਂ ਤੋਂ ਬਿਨਾਂ ਕੋਈ ਵੀ ਨਜ਼ਰ ਨਹੀਂ ਆਇਆ। ਇਹ ਬੜੀ ਮੰਦਭਾਗੀ ਗੱਲ ਹੈ ਸਾਡੇ ਵਾਸਤੇ, ਸਾਰੇ ਸਮਾਜ ਵਾਸਤੇ, ਸਰਕਾਰਾਂ ਵਾਸਤੇ, ਵੀ ਅਸੀਂ ਆਪਦੇ ਸ਼ਹੀਦਾਂ ਨੂੰ ਯਾਦ ਰੱਖਣ ਦੀ ਕੋਈ ਵੀ ਗੱਲ ਨਹੀਂ ਕਰ ਸਕੇ ਜਿਸ ਤੋਂ ਸਾਡੇ ਆਉਣ ਵਾਲੀ ਪੀੜ੍ਹੀ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ ਪਤਾ ਲੱਗੇ ਵੀ ਉਹ ਕੌਣ ਸੀ, ਉਹਨਾਂ ਨੇ ਕਿਸ ਤਰ੍ਹਾਂ ਸ਼ਹੀਦੀ ਪਾਈ ਔਰ ਕੀ ਉਹਨਾਂ ਦੀ ਕੁਰਬਾਨੀ ਹੈ। ਅੱਜ ਜੇ ਦੇਸ਼ ਖੜ੍ਹਾ ਹੈ ਤਾਂ ਉਹਨਾਂ ਦੀ ਕੁਰਬਾਨੀ ਵਾਸਤੇ ਖੜ੍ਹਾ। ਜੈ ਹਿੰਦ।